ਇਹਨਾਂ ਨੇ ਤੁਹਾਡਾ ਕੰਮ ਕੀਤਾ ਸੀ ਹੁਣ 3 ਸਾਲ 37 ਸਾਲ ਹੋ ਗਏ ਮੈਨੂੰ ਐ ਲੱਗਦਾ ਬਈ ਮਹੀਨਾ ਕ ਪੁਰਾਣਾ ਹੀ ਹੈ ਜੀ ਤਿੰਨ ਜਾਂ ਤਿੰਨ ਤੋਂ ਵੱਧ ਵੀ ਹੋ ਸਕਿਆ ਮੈਨੂੰ ਪੂਰਾ ਯਾਦ ਤਾਂ ਨਹੀਂ ਹੈ ਅੱਛਾ ਹਾਂਜੀ ਤਾਂ ਕਾਫੀ ਟਾਈਮ ਹੋ ਗਿਆ ਤੇ ਜਿੱਦਾਂ ਦਾ ਉਦੋਂ ਲੱਗਾ ਸੀ ਹਾਂਜੀ ਤਾਂ ਉਦਾਂ ਦਾ ਉਦਾਂ ਹੀ ਹੈ ਇਹਦੀ ਸ਼ਾਈਨਿੰਗ ਹੁਣ ਵੀ ਤੁਸੀਂ ਦੇਖ ਲਿਓ ਜੇ ਤੁਹਾਨੂੰ ਲੱਭ ਗਿਆ ਨੁਕਸ ਦਾ ਅਸੀਂ ਇਹਨਾਂ ਦਾ ਫ੍ਰੀ ਕਰਕੇ ਜਾਵਾਂਗੇ ਦੇਖੋ ਜੀ ਰੰਗ ਵਾਲੇ ਘਰੋਂ ਬਾਹਰ ਜਾਂਦੇ ਆ ਤਾਂ ਹਫ਼ਤੇ ਬਾਅਦ ਰੰਗ ਡਿੱਗ ਜਾਂਦਾ ਹੈਗਾ ਆ ਤਾਂ ਅਸੀਂ 3 ਸਾਲਾਂ ਬਾਅਦ ਆਏ ਹਾਂ ਤਾਂ ਸਾਡੇ ਪੇਪਰ ਅੱਜ ਵੀ ਉਦਾਂ ਦੇ ਉਦਾਂ ਹੀ ਆ ਹਾਂਜੀ ਜਿਵੇਂ ਆਪਾਂ ਹੁਣ ਏਡੀ ਵੱਡੀ ਕੋਠੀ 'ਚ ਆਏ ਹਾਂ ਨਾ ਬਾਈ ਹੁਣਾਂ ਦੀ ਹਾਂਜੀ ਤੇ ਐਡੇ ਘਰ ਦੇ ਵਿੱਚ ਜਦੋਂ ਵਾਲ ਪੇਪਰ ਲਾਉਣੇ ਤਾਂ ਖਰਚਾ ਵੀ ਵਾਹਵਾ ਹੁੰਦਾ ਹੋਊਗਾ ਖਰਚਾ ਹਾਂਜੀ ਆ ਜਾਂਦਾ ਹੈਗਾ ਆ ਤੁਸੀਂ ਮੰਨ ਲਓ ਕੋਈ ਮੇਰੇ ਖਿਆਲ ਨਾਲ ਇਹਨਾਂ ਦੀ ਕੋਠੀ ਕੋਈ 70,000 ਰੁਪਏ ਦੇ ਲਾਗੇ ਛਾਗੇ ਕੋਈ ਇੰਨਾ ਕੁ ਮੈਨੂੰ ਯਾਦ ਨਹੀਂ ਪੂਰਾ ਸਾਰੇ ਰੂਮਾਂ ਦੇ ਅਲੱਗ ਅਲੱਗ ਆ ਇੱਕ ਇੱਕ ਕੰਧ ਹਾਈਲਾਈਟ ਆ ਤਿੰਨ ਤਿੰਨ ਸੇਮ ਆ ਕੰਧਾਂ ਅੱਛਾ ਤੇ ਮਟੀਰੀਅਲ ਸੇਮ ਲੱਗਿਆ ਨੇ ਜਿਹੜਾ ਉਸ ਮੈਟ ਕੁਆਲਿਟੀ ਲੱਗੀ ਹੋਈ ਆ ਇਹਦੇ ਉੱਤੇ ਜਿੱਦਾਂ ਮਰਜ਼ੀ ਲਾਈਟ ਪਵੇ ਕੋਈ ਸ਼ਾਈਨਿੰਗ ਨਹੀਂ ਮਾਰੂਗਾ ਇਹ ਨਹੀਂ ਹੈਗਾ ਕਿ ਭੜਕੀਲਾ ਜਿਹਾ ਲੱਗੂਗਾ ਇਦਾਂ ਦਾ ਕੁਝ ਨਹੀਂ ਹੈਗਾ ਇੱਕ ਡਿਜ਼ਾਈਨ ਹੋਊਗਾ ਕੋਈ 4-5 ਲੱਖ ਦੇ 4-5 ਲੱਖ ਦੇ ਕਰੀਬ ਡਿਜ਼ਾਈਨ ਆਪਣੇ ਕੋਲ ਪਿਆ ਹੀ ਆ ਤੇ ਕਈ ਬੰਦੇ ਸਾਨੂੰ ਦੇਖਦੇ ਨੇ ਕੋਈ ਬਾਗੇ ਤੋਂ ਦੇਖਦਾ ਬਠਿੰਡੇ ਤੋਂ ਦੇਖਦਾ ਬਰਨਾਲੇ ਤੋਂ ਧਨੌਲੇ ਤੋਂ ਦੇਖਦਾ ਸਾਰੇ ਪੰਜਾਬ 'ਚ ਅਸੀਂ ਕੰਮ ਕਰਦੇ ਸਾਡਾ ਕੰਮ ਜੰਮੂ ਪਠਾਨਕੋਟ ਮਨਾਲੀ ਮੰਡੀ ਅਸੀਂ ਜਾਣੀ ਕਿ ਲਗਭਗ ਇਹਨਾਂ ਏਰੀਆ 'ਚ ਕੰਮ ਕਰ ਚੁੱਕੇ ਹਾਂ ਤੁਸੀਂ ਇਹਦੀ ਸਪੀਡ ਚੈੱਕ ਕਰ ਸਕਦੇ ਆ ਅੱਛਾ ਮਸ਼ੀਨ ਦੀ ਸਪੀਡ ਚੈੱਕ ਕਰ ਸਕਦੇ ਸਾਡੇ ਕੰਮ ਕਰਨ ਦੀ ਸਪੀਡ ਵੀ ਚੈੱਕ ਕਰ ਸਕਦੇ ਆ ਅੱਛਾ ਇਹ ਫਟਾਫਟ ਕੰਮ ਕਰਦੀ ਆ ਨਾ ਤੇ ਮਤਲਬ ਕਹਿ ਸਕਦੇ ਆ ਕਿ ਨੋਟ ਛਾਪਣ ਵਾਲੀ ਮਸ਼ੀਨ ਆ ਨਾ ਬਾਈ ਜੀ ਬਸ ਜੇ ਕਸਟਮਰ ਦੀ ਕੰਧ ਰੈਡੀ ਆ ਡਿਜ਼ਾਈਨ ਉਸੇ ਟਾਈਮ ਸਿਲੈਕਟ ਕਰ ਦਿੰਦਾ ਹੈਗਾ ਆ ਅੱਛਾ ਅਸੀਂ ਇੱਕ ਦਿਨ ਛੱਡ ਕੇ ਅਗਲੇ ਦਿਨ ਬੰਦੇ ਭੇਜ ਕੇ ਕੰਮ ਸ਼ੁਰੂ ਕਰ ਦਈਦਾ ਹੈ ਅਗਲੇ ਦਿਨ ਸ਼ੁਰੂ ਹੋ ਜਾਂਦਾ ਹਨਾ ਨੇੜੇ ਦੇਖਣਾ ਇੱਥੋਂ ਦੇਖ ਲੈ ਕਿ ਇਹ ਆ ਪਲਾਸਟਿਕ ਪੇਂਟ ਹਨਾ ਇਹ ਪਲਾਸਟਿਕ ਪੇਂਟ ਆ ਇਹਨਾਂ ਦੀਆਂ ਕੰਧਾਂ ਦੇ ਉੱਤੇ ਵੀ ਇਹੀ ਸੀਗਾ ਅੱਛਾ ਤੇ ਫੇਰ ਮੁੜ ਕੇ ਉਹ ਵੀ ਨਹੀਂ ਟਿਕਿਆ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਸਾਡੇ ਨਾਲ ਹੈਗੇ ਆ ਭਾਜੀ ਗੁਰਪ੍ਰੀਤ ਤੇ ਬਾਈ ਅਜੇ ਹਨਾ ਹਾਂਜੀ ਤੇ ਅੱਜ ਆਪਾਂ ਵੈਸੇ ਦੁਕਾਨ ਤੇ ਬਾਅਦ ਚੋਂ ਜਾਵਾਂਗੇ ਜਿੱਥੇ ਫਲੈਕਸਾਂ ਬਣਦੀਆਂ ਆ ਕਿ ਪਹਿਲਾਂ ਇੱਕ ਬਾਈ ਹੁਣਾਂ ਦੀ ਵੀਡੀਓ ਕੀਤੀ ਆ ਉਹਦਾ ਲਿੰਕ ਤੁਹਾਨੂੰ ਇੱਥੇ ਕਿਤੇ ਮਿਲ ਜਾਣਾ ਤੁਸੀਂ ਉਹ ਵੀ ਦੇਖ ਸਕਦੇ ਆ ਕਿ ਕੰਮ ਇੱਕ ਨਹੀਂ ਕਰਦੇ ਇਹ ਜਟਵੈੜ ਆ ਪੂਰੇ ਕੰਮ 2-3 ਖੋਲੀ ਫਿਰਦੇ ਨੇ ਇੱਕ ਅੱਧਾ ਹੋਰ ਖੋਲਣ ਨੂੰ ਫਿਰਦੇ ਆ ਵੀਡੀਓ ਉਹਦੀ ਵੀ ਆ ਜਾਣੀ ਆ ਤੇ ਅੱਜ ਆਪਾਂ ਆਏ ਆ ਭਾਜੀ ਪਿੰਡ ਕਿਹੜਾ ਇਹ ਨੰਗਲ ਖੁਰਦਾ ਭਾਜੀ ਪਿੰਡ ਜ਼ਿਲ੍ਹਾ ਭੋਗਪੁਰ ਆ ਜੀ ਸ਼ੂਗਰ ਮਿਲ ਦੇ ਲਾਗੇ ਪਿੰਡ ਪੈਂਦਾ ਹੈ ਠੀਕ ਆ ਜੀ ਹਾਂਜੀ ਇੱਥੇ ਆਪਾਂ ਕੰਮ ਦਿਖਾਉਣਾ ਆ ਨਾ ਆਪਾਂ ਇੱਥੇ ਕੰਮ ਦਿਖਾਉਣ ਆਏ ਆ ਸਾਨੂੰ 3 ਸਾਲ ਪਹਿਲਾਂ ਅਸੀਂ ਕੋਠੀ ਦਾ ਕੰਮ ਕੀਤਾ ਸੀਗਾ ਇਹਨਾਂ ਦਾ ਤੇ ਉਹਦੀ ਅਸੀਂ ਤੁਹਾਨੂੰ ਦਿਖਾਵਾਂਗੇ ਯਾਨੀ ਕਿ ਦਿਖਾਵਾਂਗੇ ਨਹੀਂ 3 ਸਾਲ ਪਹਿਲਾਂ ਕੀਤਾ ਸੀ 3 ਸਾਲ ਪਹਿਲਾਂ ਦਾ ਕੀਤਾ ਹੋਇਆ ਕੰਮ ਆ ਅੱਛਾ ਹਾਂਜੀ ਲਓ ਜੀ ਤੇ ਜਿਵੇਂ ਕਹਿੰਦੇ ਆ ਕਿ ਇਹਨੀ ਕੋਠੀ ਦੇ ਵਿੱਚ ਮੈਨੂੰ ਲੱਗਦਾ ਰੰਗ ਦਾ ਕੰਮ ਬਹੁਤ ਘੱਟ ਕਰਾਇਆ ਨਾ ਫੇਰ ਇਸ ਹਿਸਾਬ ਨਾਲ ਰੰਗ ਦਾ ਹੈ ਨਹੀਂ ਇਹਨਾਂ ਦਾ ਕੁਝ ਵੀ ਨਹੀਂ ਹੈਗਾ ਸਾਰਾ ਹੀ ਵਾਲਪੇਪਰ ਲੱਗਾ ਹੋਇਆ ਆ ਇੱਥੋਂ ਲੋਬੀ ਸਟਾਰਟ ਹੁੰਦੀ ਆ ਪਹਿਲਾਂ ਸਭ ਤੋਂ ਪਹਿਲਾਂ ਤੁਹਾਨੂੰ ਦਿਖਾਵਾਂਗੇ ਇਹਨਾਂ ਦਾ ਡਰਾਇੰਗ ਰੂਮ ਅੱਛਾ ਆ ਹੈਗੀ ਹੈ ਇਹਨਾਂ ਦੀ ਹਾਈਲਾਈਟ ਕੰਧ ਤੇ ਨਾਲ ਇਹਦੇ ਟੈਕਸਚਰ ਜੋ ਇਹਨਾਂ ਨੇ ਡਿਜ਼ਾਈਨ ਸਿਲੈਕਟ ਕੀਤਾ ਸੀਗਾ ਉਹ ਚੀਜ਼ ਲੱਗੀ ਹੋਈ ਆ ਅੱਛਾ ਇੱਕ ਕੰਧ ਜਿਹੜੀ ਆ ਉਹ ਹੋਰ ਆ ਹਾਂਜੀ ਤੇ ਬਾਕੀ 3 ਜਿਹੜੀ ਆ ਬਾਕੀ 3 ਹੋਰ ਹਾਂਜੀ ਉਹ ਕੰਧ ਹਾਈਲਾਈਟ ਆ ਹਾਈਲਾਈਟ ਦਾ ਮਤਲਬ ਇਹ ਆ ਕਿ ਉਹਦੇ ਵਿੱਚ ਕੋਈ ਕਟਿੰਗ ਨਹੀਂ ਹੈਗੀ ਕੰਧ ਬਿਲਕੁਲ ਪਲੇਨ ਆ ਉਹਦੇ ਤੇ ਪੂਰਾ ਡਿਜ਼ਾਈਨ ਲੱਗ ਗਿਆ ਹੈਗਾ ਆ ਅੱਛਾ ਜੀ ਆਪਾਂ ਪੂਰਾ ਫਰੇਮ ਚ ਬਾਕੀ ਆ ਇਦਾਂ ਲੱਗੀਆਂ ਹੈਗੀਆਂ ਟੈਕਸਚਰ ਇਹਦੇ ਵਿੱਚ ਵਿੰਡੋ ਆ ਕਟਿੰਗ ਹੋ ਗਈ ਡਿਜ਼ਾਈਨ ਕੱਟ ਨਹੀਂ ਹੋਇਆ ਠੀਕ ਹੈ ਜੀ ਇਧਰ ਡੋਰ ਆ ਇਧਰ ਵੀ ਡੋਰ ਆ ਇਧਰ ਵੀ ਡੋਰ ਆ ਅੱਛਾ ਉਹਦੇ ਕਰਕੇ ਡਿਜ਼ਾਈਨ ਕੋਈ ਕੱਟ ਨਹੀਂ ਹੋਇਆ ਜੇ ਇਹਦੇ ਉੱਤੇ ਆਪਾਂ ਇਦਾਂ ਦਾ ਕੋਈ ਡਿਜ਼ਾਈਨ ਲਗਾਉਣੇ ਹੈਗੇ ਆ ਤਾਂ ਉਹ ਡਿਜ਼ਾਈਨ ਕੱਟ ਹੋ ਸਕਦਾ ਉਹਦੇ ਨਾਲ ਉਹਦੀ ਲੁੱਕ ਖਰਾਬ ਹੋ ਸਕਦੀ ਹੈ ਤੇ ਜਿਵੇਂ ਆਪਾਂ ਨਾ ਤੁਹਾਡੀ ਜਿਹੜੀ ਆ ਦੁਕਾਨ ਤੇ ਆਪਾਂ ਜਿੱਥੇ ਤੁਹਾਡਾ ਪ੍ਰਿੰਟਰ ਲੱਗਿਆ ਹੋਇਆ ਵਾਵਾ ਵੱਡਾ ਜਿਹੜਾ ਉੱਥੇ ਆਪਾਂ ਦੇਖਦੇ ਆ ਕਿ ਅਲੱਗ-ਅਲੱਗ ਤਰ੍ਹਾਂ ਦੇ ਪੇਪਰ ਪਏ ਹੁੰਦੇ ਤਾਂ ਇਹ ਪੇਪਰ ਕਿਹੜਾ ਆ ਇਹ ਭਾਜੀ ਸਟਾਰ ਦਾ ਪੇਪਰ ਆ ਇਹ ਸਟਾਰ ਦਾ ਪੇਪਰ ਮਤਲਬ ਸਭ ਤੋਂ ਮਹਿੰਗਾ ਪੇਪਰ ਇਹ ਹੀ ਆ ਸਭ ਤੋਂ ਵਧੀਆ ਤੇ ਸਭ ਤੋਂ ਮਹਿੰਗਾ ਪੇਪਰ ਇਹ ਹੀ ਆ ਅੱਛਾ ਤੁਸੀਂ ਇਹਨੂੰ ਹੱਥ ਲਾ ਕੇ ਭਾਜੀ ਦੇਖ ਸਕਦੇ ਆ ਜਿੱਦਾਂ ਲੋਕੀ ਕਹਿ ਦਿੰਦੇ ਜੀ ਇਹਦੇ ਵਿੱਚ ਹਵਾ ਆ ਇਹਦਾ ਖਾਲੀ ਆ ਗੱਭਿਓਂ ਇਹ ਬਿਲਕੁਲ ਪੂਰਾ ਪੇਸਟ ਹੋਇਆ ਆ ਇਹਦੇ ਵਿੱਚ ਇੱਕ ਸੂਈ ਵੀ ਨਹੀਂ ਲੰਘ ਸਕਦੀ ਇਹ ਜਿਹੜਾ ਕੰਧ ਇਹਦੇ ਪਿੱਛੇ ਆ ਕੇ ਕਰਨ ਦੀ ਕੀ ਲੋੜ ਪੈਂਦੀ ਜਦੋਂ ਇਹਨੂੰ ਲਾਉਣਾ ਹੁੰਦਾ ਇਹਦਾ ਕੈਮੀਕਲ ਆਂਦਾ ਹੈਗਾ ਜੀ ਅਲੱਗ ਅੱਛਾ ਇਹ ਫੁੱਲ ਪੇਸਟ ਕੀਤੀ ਹੋਈ ਆ ਕਈ ਲੋਕੀ ਲਵਾਉਂਦੇ ਹੈਗੇ ਜੀ ਖੁੰਡੇ ਜੋੜ ਦਿੱਤੇ ਗੱਭਿਓਂ ਖਾਲੀ ਹੁੰਦੀ ਹੈਗੀ ਆ ਕੋਈ ਰਿਸ਼ਤੇਦਾਰ ਗਵਾਂਢੀ ਉਹਦਾ ਹੱਥ ਮਾਰਦਾ ਉਹ ਕਹਿੰਦਾ ਆ ਕੀ ਲਵਾ ਲਿਆ ਅੱਛਾ ਇਹ ਤਾਂ ਬਜੀ ਰੰਗ ਕਰਵਾ ਲਿਆ ਵਾਲਪੇਪਰ ਲਵਾ ਲਿਆ ਇੱਕ ਬਰਾਬਰ ਆ ਇੱਕ ਬਰਾਬਰ ਇਸ ਕਮਰੇ ਦੀ ਆਪਾਂ ਜੇ ਖਰਚੇ ਦੀ ਗੱਲ ਕਰਦੇ ਆ ਜਿੰਨਾ ਕੁ ਸਕੁਆਇਰ ਫੁੱਟ ਦੇ ਹਿਸਾਬ ਨਾਲ ਇੱਥੇ ਲੱਗਾ ਹੋਊਗਾ ਹੈਗਾ ਐਸਟੀਮੇਟ ਕਿੰਨਾ ਲੱਗ ਰਿਹਾ ਹੈ 8000 ਤੋਂ ਵਧੀਆ ਲਾ ਸਭ ਤੋਂ ਵਧੀਆ ਲਾ ਕੇ 8000 ਰੁਪਇਆ ਤੇ ਕਿੰਨੇ ਬਾਈ ਕਿੰਨੇ 10x10 ਦਾ 10x10 ਦਾ ਕਮਰਾ ਹੈ ਨਾ 8x11 ਦਾ ਵੀ ਹੋ ਜੂਗਾ ਕੋਈ ਚੱਕਰ ਨਹੀਂ ਅੱਛਾ ਕੋਈ ਚੱਕਰ ਨਹੀਂ ਹੈ ਜੇ ਵੀਡੀਓ ਵਧੀਆ ਚੱਲ ਗਈ ਫਿਰ ਤਾਂ ਕੋਈ ਚੱਕਰ ਨਹੀਂ ਅੱਛਾ 11 ਵੀ ਕਰਦੇ ਹਾਂ ਠੀਕ ਹੈ ਜੀ ਆ ਹੈਗੀ ਆ ਲੋਬੀ ਇਹਨਾਂ ਦੀ ਤੇ ਇਹ ਡਿਜ਼ਾਈਨ ਨਾਲ ਅਸੀਂ ਪਹਿਲਾਂ ਵੀ ਇੱਕ ਵੀਡੀਓ ਕੀਤੀ ਸੀਗੀ ਉਹਨਾਂ ਨੇ ਵੀ ਇਹ ਡਿਜ਼ਾਈਨ ਲਵਾਇਆ ਸੀਗਾ ਡਿਜ਼ਾਈਨ ਕਾਫੀ ਕਾਫੀ ਫੇਮਸ ਹੋਇਆ ਯਾਨੀ ਕਿ ਕਾਫੀ ਵਧੀਆ ਆ ਲੱਗਾ ਵੀ ਸੋਹਣਾ ਲੱਗਦਾ ਹੈਗਾ ਆ
ਇਹਦੇ ਵਿੱਚ ਵੀ ਕੋਈ ਕਟਿੰਗ ਹੋਵੇ ਤਾਂ ਕੋਈ ਕੁਛ ਨਹੀਂ, ਕੋਈ ਜਜਮੈਂਟ ਹੁੰਦੀ ਹੈਗੀ ਕਿਉਂਕਿ ਡਿਜ਼ਾਈਨ ਜਿਹੜਾ ਇਹਦਾ ਲਗਭਗ ਸਾਰਾ ਉੱਪਰ ਉੱਪਰ ਰਹਿ ਜਾਂਦਾ ਹੈਗਾ ਆ। ਅੱਛਾ, ਵੈਸੇ 'ਚ ਕਟਿੰਗ ਕੁਟਿੰਗ ਹੁੰਦੀ ਹੈ ਨਾ ਮਾੜੀ ਮੋਟੀ? ਜੋ ਤਾਕੀਆਂ ਦਰਵਾਜ਼ੇ ਦੇਖੋ ਜੀ, ਜੋ ਕੱਟ ਹੋਣੇ ਹੈਗੇ ਆ ਉਹ ਵੇਸਟ ਸਾਰੀ ਤੁਹਾਡੀ ਹੁੰਦੀ ਹੈਗੀ, ਐਜ ਟੂ ਐਜ ਦੀ ਅਸੀਂ ਮਿਹਨਤੀ ਲੈਣੀ ਹੁੰਦੀ ਹੈਗੀ ਆ। ਠੀਕ ਆ ਜੀ। ਇਹਨਾਂ ਦੀ ਜਿੰਨੀ ਵੇਸਟ ਸੀਗੀ ਇਹਨਾਂ ਨੇ ਸਾਰੀ ਸਟੋਰ 'ਚ ਲਗਵਾ ਕੇ ਸਟੋਰ ਵੀ ਕਵਰ ਕਰ ਲਿਆ ਹੈਗਾ। ਅੱਛਾ, ਵਰਤ ਹੋ ਜਾਂਦਾ ਨਾ ਮਤਲਬ ਉਹ ਚੀਜ਼ਾਂ, ਯਾਨੀ ਕਿ ਕੁਛ ਵੀ ਨੁਕਸਾਨ ਕੋਈ ਨਹੀਂ ਹੈਗਾ ਤੁਹਾਡੀ, ਕੋਈ ਚੀਜ਼ ਵੇਸਟ ਨਹੀਂ ਜਾਂਦੀ ਹੈਗੀ ਆ। ਜਾਣੀ ਕਿ ਜੇ ਤੁਸੀਂ ਚਾਰ ਕਮਰਿਆਂ ਦਾ ਨਾਪ ਦਿੱਤਾ, ਚਾਰ ਕਮਰਿਆਂ ਦੀ ਜਿਹੜੀ ਵੇਸਟਿੰਗ ਆ ਉਹਦੇ ਨਾਲ ਤੁਹਾਡਾ ਸਟੋਰ ਵੀ ਕਵਰ ਹੋ ਜਾਣਾ ਹੈਗਾ ਆ। ਅੱਛਾ, ਇਸ ਚੀਜ਼ ਦਾ ਬੈਨੀਫਿਟ ਹੈਗਾ ਕਿ ਚਾਰ ਪੈਸੇ ਉਧਰੋਂ ਬਚ ਜਾਣਗੇ ਤੁਹਾਡੇ। ਹਾਂਜੀ, ਇਹ ਨਹੀਂ ਹੈਗਾ ਕਿ ਰੰਗ ਵਾਂਗੂ ਰੰਗ ਡੋਲ ਦਿਓ ਜਾਂ ਬੋਤਲਾਂ ਭਰ ਕੇ ਰੱਖ ਲਓ, ਇਦਾਂ ਦਾ ਕੁਛ ਨਹੀਂ। ਤਾਕੀਆਂ ਦਰਵਾਜ਼ੇ ਹੋਣ, ਹਾਂਜੀ। ਅੱਛਾ, ਤੁਸੀਂ ਕਹੋਗੇ ਸਾਡਾ ਕਵਰ ਕਰਕੇ ਦਿਓ। ਅੱਛਾ, ਇਸ ਤੋਂ ਬਾਅਦ ਇਹਨਾਂ ਦਾ ਇੱਕ ਆਹ ਬੈਡਰੂਮ ਲੱਗਾ ਆ, ਇਹਦੀ ਵੀ ਇਸੇ ਤਰ੍ਹਾਂ ਆਹ ਹਾਈਲਾਈਟ ਕੰਧ ਵਾ, ਬਹੁਤ ਸੋਹਣੀ ਆ ਬਾਜੀ ਕੰਧ ਇਹ। ਹਾਂਜੀ, ਗੋਲਡਨ ਸ਼ੇਡ ਆ ਇਹ। ਅੱਛਾ, ਇਹ ਗੋਲਡਨ ਸ਼ੇਡ ਦੇ ਵਿੱਚ ਆ ਤੇ ਨਾਲ ਆਹ ਲੱਗ ਗਿਆ ਵਾਲਪੇਪਰ। ਹਾਂਜੀ, ਇਹ ਲੱਗ ਗਏ ਹੈਗੇ ਨਾਲ ਟੈਕਸਚਰ ਡਿਜ਼ਾਈਨ ਲੱਗੇ ਹੋਏ ਹੈਗੇ ਆ। ਇਹ ਸੱਚੀ 3 ਸਾਲ ਪਹਿਲਾਂ ਦਾ ਕੰਮ ਆ? 3 ਸਾਲ ਪਹਿਲਾਂ ਦਾ ਕੰਮ ਆ, 10 ਸਾਲ ਦੀ ਗਾਰੰਟੀ ਦਿੱਤੀ ਹੋਈ ਆ ਭਾਜੀ ਉਹਨਾਂ ਨੂੰ। ਇਹ ਮੈਨੂੰ ਐਂ ਲੱਗਦਾ ਜਿੱਦਾਂ ਇਹ 7-8 ਦਿਨ ਪਹਿਲਾਂ ਦਾ ਕੰਮ ਹੁੰਦਾ ਹੈ, ਜਿੱਦਾਂ ਬਹੁਤ ਸਾਫ ਸਫਾਈ ਆ ਉਹਦੇ ਦੀ। ਇਹ ਵੀ ਮੇਰੇ ਵੀ ਸਾਫ ਸਫਾਈ ਆ ਉਹਨਾਂ ਨੇ ਆਪਣੇ ਘਰ ਦੀ ਵੀ। ਇਹ ਘਰ ਵਾਲਿਆਂ ਦੀ ਮਿਹਰਬਾਨੀ ਆ ਨਾ ਕਿ ਉਹਨੇ ਸਾਫ ਸਫਾਈ ਰੱਖੀ ਆ, ਕੇਅਰ ਆਪਣੇ ਹੱਥ। ਤੁਸੀਂ ਕੇਅਰ ਹੀ ਨਹੀਂ ਰੱਖਦੇ, ਤੁਸੀਂ ਆ ਤੁਹਾਨੂੰ ਮੈਂ ਦਿਖਾਣਾ, ਆ ਜਾਓ। ਅੱਛਾ, ਹੁਣ ਕੰਮ ਕਰਕੇ 3 ਸਾਲ ਪਹਿਲਾਂ ਹੈਗੇ, ਸੋਚ ਸੋਚ ਸਾਰੇ ਭਰਾ ਨੂੰ ਚੇਤੇ ਆ ਕਿੱਥੇ ਲੈ ਆਉਂਦੀਆਂ। ਤੇ ਇਹ ਜਿੱਦਾਂ ਇਹ ਸੀਗੀ ਵੇਸਟ ਹੈ ਸਾਰੀ ਲੱਗੀ ਹੋਈ, ਇਹਨਾਂ ਨੇ ਸਟੋਰ ਕਵਰ ਕਰ ਲਿਆ ਇਹਦੇ ਨਾਲ। ਅੱਛਾ, ਲੋਬੀ ਦੀ ਵੇਸਟ ਹੈ ਜਾਂ ਉੱਪਰ ਮੋਮਟੀ ਦੀ ਜਾਂ ਡਰਾਇੰਗ ਰੂਮ ਦੀ ਹੈ? ਮੇਰੇ ਖਿਆਲ ਨਾਲ ਡਰਾਇੰਗ ਰੂਮ ਦੀ ਆ, ਦੂਸਰੇ ਰੂਮ ਦੀ ਵੇਸਟ ਹੈ ਜਾਂ ਇਹਨਾਂ ਨੇ, ਜਾਣੀ ਕਿ ਇਹ ਵੀ ਚੀਜ਼ ਆਪਣੀ ਕਵਰ ਕਰ ਲਈ ਹੈਗੀ। ਕੁੱਲ ਮਿਲਾ ਕੇ ਜਿਹੜੇ ਘਰ ਦੇ ਬਾਕੀ ਵਾਲਪੇਪਰ ਸੀ ਉਹ ਸਟੋਰ ਰੂਮ 'ਚ ਲੱਗ ਗਏ। ਹਾਂਜੀ, ਸਟੋਰ 'ਚ ਕਿਹੜਾ ਕੋਈ ਕਿਸੇ ਨੇ ਆਉਣਾ ਜਾਣਾ ਹੁੰਦਾ ਨਾ। ਲਈ ਆ ਕਿ ਮਿੱਤਰੋ ਜੀ, ਅਗਲੇ ਰੂਮ 'ਚ ਆਜੋ। ਅੱਛਾ, ਇਹ ਤੁਹਾਨੂੰ ਸਾਰੇ ਘਰ ਦਾ ਰੂਮ ਵੀ ਚੇਤੇ ਆ, ਕੰਧਾਂ ਵੀ ਚੇਤੇ ਆ, ਸਵਿੱਚ ਵੀ ਚੇਤੇ ਆ। ਇਹਨਾਂ ਦਾ ਕੰਮ ਕਰਨ ਤੋਂ ਬਾਅਦ ਅਸੀਂ ਇਹਨਾਂ ਦੇ ਹੀ ਆਂਢ ਗੁਆਂਢ ਦੇ ਵਿੱਚ 5 ਕੋਠੀਆਂ ਹੋਰ ਲਗਾਈਆਂ, ਇਹਨਾਂ ਨੇ ਕਹਿ ਕੇ ਲਗਵਾਈਆਂ। ਅੱਛਾ, ਲੋਕੀ ਇਹਨਾਂ ਦੇ ਘਰ ਆਉਂਦੇ ਸੀਗੇ, ਖੜ ਕੇ ਫੋਟੋਆਂ ਖਿਚਾਉਂਦੇ ਸੀਗੇ, ਬਸ ਵੇ ਉਹ ਆਪਣੇ ਵੀ ਲਗਵਾ ਲਏ ਉਹਨਾਂ ਨੇ। ਆਹ ਤੁਹਾਨੂੰ ਦਿਖਾਉਂਦੇ ਆ ਰੂਮ ਲੈ ਗਈ। ਅੱਛਾ, ਇੱਧਰ ਡਿਜ਼ਾਇਨ ਥੋੜਾ ਹੋਰ ਲੱਗ ਗਿਆ। ਹਾਂਜੀ ਹਾਂਜੀ, ਸਾਰੇ ਰੂਮਾਂ ਦੇ ਅਲੱਗ ਅਲੱਗ ਆ, ਇੱਕ ਇੱਕ ਕੰਧ ਹਾਈਲਾਈਟ ਆ, 3-3 ਸੇਮ ਆ ਕੰਧਾਂ। ਅੱਛਾ, ਤੇ ਮਟੀਰੀਅਲ ਸੇਮ ਲੱਗਿਆ ਨੇ ਜਿਹੜਾ ਉਸ ਕਮਰੇ ਵਿੱਚ? ਮੈਟ ਕੁਆਲਿਟੀ ਲੱਗੀ ਹੋਈ ਆ ਇਹਦੇ ਉੱਤੇ, ਜਿੱਦਾਂ ਮਰਜ਼ੀ ਲਾਈਟ ਪਵੇ, ਕੋਈ ਸ਼ਾਈਨਿੰਗ ਨਹੀਂ ਮਾਰੂਗਾ, ਇਹ ਨਹੀਂ ਹੈਗਾ ਕਿ ਭੜਕੀਲਾ ਜਿਹਾ ਲੱਗੂਗਾ, ਇਦਾਂ ਦਾ ਕੁਝ ਨਹੀਂ ਹੈਗਾ। ਅੱਛਾ, ਯਾਨੀ ਕਿ ਤੁਸੀਂ ਇਹਨੂੰ ਟੱਚ ਕਰਕੇ ਵੀ ਦੇ ਸਕਦੇ ਹੈਗੇ ਆ। ਅੱਛਾ, ਜਿਹੜੀ ਲਾਈਟ ਆ ਵੱਜ ਕੇ ਵਾਪਸ ਨਹੀਂ ਮੁੜੂਗੀ? ਨਹੀਂ, ਵਾਪਸ ਨਹੀਂ ਮੁੜੂਗੀ ਜੀ। ਹਾਂਜੀ, ਫੈਲਦੀ ਨਹੀਂ ਹੈਗੀ ਲਾਈਟ, ਮੈਟ ਕੁਆਲਿਟੀ ਹੈ। ਤੇ ਜਿਵੇਂ ਆਪਾਂ ਦੇਖਦੇ ਕੰਧਾਂ ਵਾਹਵਾ ਸਾਫ ਸੁਥਰੀਆਂ ਘਰ ਦੇ, ਤੁਸੀਂ ਥੱਲਿਓਂ ਦੇਖ ਸਕਦੇ ਹੈਗੇ, ਉੱਪਰੋਂ ਦੇਖ ਸਕਦੇ, ਕੋਈ ਵੀ ਖੁੰਜਾ ਕੋਈ ਵੀ ਕਿਸੇ ਵੀ ਪਾਸਿਓਂ ਹਿੱਲੂਗਾ ਨਹੀਂ। ਹਾਂਜੀ, ਤੇ ਭਾਜੀ ਇਹ ਕਮਰਾ ਸਾਈਜ਼ ਕਿੰਨਾ ਹੋਊਗਾ ਇਹਦਾ? ਇਹਨਾਂ ਦਾ ਵੀ ਕੋਈ ਲਗਭਗ ਇੰਨਾ ਕੀ ਆ। ਅੱਛਾ, ਪਹਿਲੀ ਵਾਰੀ ਦੇਖ ਕੇ ਕੋਈ ਜਜਮੈਂਟ ਇਹ ਨਹੀਂ ਕਰ ਸਕਦਾ ਪਹਿਲਾਂ ਕਿ ਵਾਲਪੇਪਰ ਲੱਗੇ ਆ। ਗੱਲ ਤੁਹਾਡੀ ਸਹੀ ਆ, ਜਦੋਂ ਨਾ ਘਰ ਦੇ ਅੰਦਰ ਵੜਦੇ ਕੋਈ ਜਜਮੈਂਟ ਕਰ ਸਕਦਾ, ਇਹ ਤਾਂ ਗੱਲ ਸਹੀ ਆ। ਤੇ ਉਸ ਤੋਂ ਬਾਅਦ ਆ ਬਾਹਰ ਆਉਣੇ ਆ ਭਾਜੀ। ਅੱਛਾ, ਲੋਬੀ ਸਾਰੀ ਤੇ ਜਿਹੜੇ ਵਾਲਪੇਪਰ ਨੇ ਉਹ ਆਲਮੋਸਟ ਸੇਮ ਕੀਤੇ ਹੋਏ ਨੇ ਨਾ? ਲੋਬੀ ਸਾਰੀ ਸੇਮ ਹੀ ਹੁੰਦੀ ਆ ਲਗਭਗ, ਜੇ ਕੋਈ ਤੁਹਾਡੀ ਕੰਧ ਹਾਈਲਾਈਟ ਹੈਗੀ ਤਾਂ ਤੁਸੀਂ ਉਹਨੂੰ ਕਮਰੇ ਦੀ ਤਰ੍ਹਾਂ ਕਰ ਸਕਦੇ ਹੋ। ਠੀਕ ਹੈ ਜੀ, ਉਦਾਂ ਜਾਣੀ ਕਿ ਲੋਬੀ ਸਾਰੀ ਆਲਮੋਸਟ ਫੁੱਲ ਹੁੰਦੀ ਹੈਗੀ। ਆਹ ਤੁਹਾਨੂੰ ਰੂਮ ਦਿਖਾਉਂਦੇ ਆ, ਸਾਡੀ ਕੁਆਲਿਟੀ ਸਾਡੀ ਪਛਾਣ ਆ। ਹਾਂ, ਅਸੀਂ ਆਪਣੀ ਕੁਆਲਿਟੀ ਤੋਂ ਜਾਣੇ ਜਾਂਦੇ ਆ। ਇਹ ਬਾਈ ਸਾਡੇ ਦੋ ਕੰਮ ਬਾਈ ਕਰਦੇ ਹੋ, ਮਾਰਕੀਟਿੰਗ ਕਰਦੇ ਹੋਊਗੇ। ਸਾਡੇ ਕੰਮ ਦਾ ਫਰਕ ਹੈਗਾ ਹੀ ਆ, ਇਹ ਕਰਦੇ ਮਾਰਕੀਟਿੰਗ ਪੂਰੀ। ਤੇ ਉਦੋਂ ਬਾਅਦ ਇੱਥੇ ਆ ਜਾਂਦੇ। ਅੱਛਾ, ਇਹ ਬੱਚਿਆਂ ਦਾ ਕਮਰਾ ਹੈ? ਨਹੀਂ ਨਹੀਂ, ਇਹ ਵੀ ਬੈਡਰੂਮ ਹੀ ਆ। ਅੱਛਾ, ਇਹ ਵੀ ਬੈਡਰੂਮ? ਇਹਨਾਂ ਦੇ ਹਲੇ ਬੱਚੇ ਵੱਡੇ ਹੋ ਗਏ ਆ ਤਾਂ ਕਰਕੇ ਇਹਨਾਂ ਨੇ ਲਵਾਏ ਨਹੀਂ। ਆਪਣੇ ਕੋਲ ਡਿਜ਼ਾਈਨ ਹਰ ਤਰ੍ਹਾਂ ਦਾ ਮਿਲੂਗਾ। ਹਾਂਜੀ, ਕਿਡਸ ਡਿਜ਼ਾਈਨ ਮਿਲੂਗੇ, ਕੋਈ ਗੋਡ ਵਾਲੇ ਚਾਹੀਦੇ ਹੈਗੇ ਆ ਉਹ ਵੀ ਮਿਲੂਗੇ, ਸਿਨਰੀਆਂ ਵਗੈਰਾ ਮਿਲੂਗੀਆਂ, ਤੁਸੀਂ ਆਪਣੀ ਫੋਟੋ ਕੋਈ ਐਡ ਕਰਾਉਣੀ ਆ ਉਹ ਵੀ ਤੁਸੀਂ ਕਰਵਾ ਸਕਦੇ ਆ। ਅੱਛਾ, ਜੇ ਕਸਟਮ ਕਰਾਉਣਾ ਉਹ ਵੀ ਹੋ ਜੂਗਾ? ਹਾਂਜੀ, ਉਹ ਵੀ ਹੋ ਜੂਗਾ। ਜਿਵੇਂ ਸਾਡੇ ਵਾਲਾ ਪ੍ਰਿਤਪਾਲ ਕਹਿੰਦਾ ਸੀ ਕਿ ਮੈਂ ਜੀਪਾਂ ਜੂਪਾਂ ਬਣਵਾਉਣੀਆਂ ਨੇ, ਮੈਂ ਕਿਹਾ ਬਾਈ ਹੁਣਾਂ ਕੋਲ ਚੱਲ ਜਾ ਆਪੇ ਬਣਾ ਦੇਣੀ ਤੈਨੂੰ, ਹੈ ਨਾ? ਜਿੱਦਾਂ ਜਿੱਦਾਂ ਦਾ ਕੋਈ ਕਹੂਗਾ ਉਦਾਂ ਦਾ ਬਣਾ ਦਿੰਦੇ ਹੈਗੇ ਡਿਜ਼ਾਈਨ। ਠੀਕ ਆ, ਹਾਂਜੀ। ਤੇ ਵੈਸੇ ਡਿਜ਼ਾਈਨ ਦੀ ਗਿਣਤੀ ਉਹਦਾ ਹੈਗੀ ਕਿੰਨੇ ਕੁ ਡਿਜ਼ਾਈਨ ਹੋਊਗਾ? ਕੋਈ 4-5 ਲੱਖ ਦੇ? 4-5 ਲੱਖ ਦੇ ਕਰੀਬ ਡਿਜ਼ਾਈਨ ਆਪਣੇ ਕੋਲ ਪਿਆ ਹੀ ਆ। ਕੋਈ ਕਹਿੰਦਾ ਕਿ ਇਹਦੇ ਨਾਲ ਦਾ ਡਿਜ਼ਾਈਨ ਚਾਹੀਦਾ ਹੈਗਾ ਆ, ਅਸੀਂ ਕੱਢ ਕੇ ਦੇ ਦਈਦਾ ਹੈਗਾ। ਕਈ ਵਾਰੀ ਕਿਸੇ ਕਸਟਮਰ ਦੀ ਕੋਈ ਡਿਮਾਂਡ ਹੁੰਦੀ ਹੈਗੀ ਆ ਤਾਂ ਉਹ ਵੀ ਸਾਨੂੰ ਦੱਸ ਸਕਦਾ ਹੈਗਾ ਆ, ਅਸੀਂ ਉਹ ਵੀ ਜਾਣੀ ਕਿ ਜਿਵੇਂ ਜਦੋਂ ਆਪਾਂ ਹੁਣ ਤਾਂ ਆਏ ਪਏ ਆ ਭੋਗਪੁਰ, ਹੈ ਨਾ? ਹਾਂਜੀ, ਤੇ ਕਈ ਬੰਦੇ ਸਾਨੂੰ ਦੇਖਦੇ ਨੇ, ਕੋਈ ਬਾਘੇ ਤੋਂ ਦੇਖਦਾ, ਬਠਿੰਡੇ ਤੋਂ ਦੇਖਦਾ, ਬਰਨਾਲੇ ਤੋਂ, ਧਨੌਲੇ ਤੋਂ ਦੇਖਦਾ, ਸਾਰੇ ਪੰਜਾਬ 'ਚ ਅਸੀਂ ਕੰਮ ਕਰਦੇ। ਸਾਡਾ ਕੰਮ ਜੰਮੂ, ਪਠਾਨਕੋਟ, ਮਨਾਲੀ, ਮੰਡੀ, ਅਸੀਂ ਜਾਣੀ ਕਿ ਲਗਭਗ ਇਹਨਾਂ ਏਰੀਆ 'ਚ ਕੰਮ ਕਰ ਚੁੱਕੇ ਹਾਂ। ਪੰਜਾਬ 'ਚ ਤਾਂ ਆਲਮੋਸਟ ਸਾਰੇ ਹੀ ਲਗਭਗ ਕਰ ਚੁੱਕੇ ਹਾਂ, ਪੰਜਾਬੋਂ ਬਾਹਰ ਵੀ ਲਾ ਵੀ ਦਮ ਲਾ ਵੀ ਦਮ
ਤੇ ਵੈਸੇ ਜਿਹੜਾ ਆਹ ਵਾਲਪੇਪਰ ਲੱਗਿਆ ਹੋਇਆ ਆ ਤੇ ਉਹੀ ਵਾਲੀ ਕੁਆਲਿਟੀ ਹੈ ਜਿਹੜੀ ਆਪਾਂ ਬਾਕੀ ਘਰ ਦੇ ਵਿੱਚ ਦਿਖਾ ਲਈਏ। ਹਾਂਜੀ ਇੱਕੋ ਹੀ ਕੁਆਲਿਟੀ ਲਾਈ ਹੋਈ ਹੈ, ਸਾਰੀ ਸਟਾਰ ਦੀ ਲੱਗੀ ਹੋਈ ਹੈ ਇਹ। ਅੱਛਾ ਤੇ ਜੇ ਆਪਾਂ ਇਸ ਮਟੀਰੀਅਲ ਦੇ ਰੇਟ ਦੀ ਗੱਲ ਕਰਦੇ ਹਨਾ, ਇਹ ਸਕੁਐਰ ਫੁੱਟ ਦੇ ਹਿਸਾਬ ਨਾਲ ਹੁੰਦਾ, ਸਕੁਐਰ ਫੁੱਟ ਦੇ ਹਿਸਾਬ ਦੇ ਨਾਲ ਹੀ ਹੋਣਾ ਹੈਗਾ। ਜੇ ਤੁਸੀਂ ਮੰਨ ਲਓ ਕੋਈ 500 ਸਕੁਐਰ ਫੁੱਟ ਏਰੀਆ ਹੋ ਜਾਂਦਾ ਹੈਗਾ ਤਾਂ 10,000 ਰੁਪਏ ਦਾ ਬਣਦਾ ਹੈਗਾ। 10,000 ਰੁਪਏ ਤੇ ਇੱਕ ਸਕੁਐਰ ਫੁੱਟ ਦਾ ਕਿੰਨਾ ਪੈ ਗਿਆ ਇਹ? 20 ਰੁਪਏ ਸਕੁਐਰ ਫੁੱਟ ਵਾ ਜੀ, 20 ਰੁਪਏ ਸਕੁਐਰ ਫੁੱਟ ਆ। ਹਾਂਜੀ ਤੇ ਕਈ 20 ਰੁਪਏ ਕਮੈਂਟ ਕਰਨਗੇ ਬਾਈ ਮਹਿੰਗਾ ਨਹੀਂ ਹੈਗਾ ਥੋੜਾ ਕਿ ਬਾਈ ਰੇਟ ਜੀ ਦੇਖੋ ਸਸਤਾ ਵੀ ਆਉਂਦਾ ਆ, 13 ਰੁਪਏ ਤੋਂ ਸਟਾਰਟ ਹੋ ਜਾਂਦਾ ਹੈਗਾ। ਜੇ ਤੁਸੀਂ ਉਹਦੀ ਲਾਈਫ ਦੇਖਣੀ ਹੈਗੀ ਤਾਂ ਫਿਰ ਵਧੀਆ ਹੀ ਲਵਾਓ, ਕਿਉਂਕਿ ਘਰਾਂ ਦੇ ਵਿੱਚ ਆਲਮੋਸਟ ਜਿੰਨਾ ਪੇਪਰ ਆ ਵਧੀਆ ਵਾਲਾ ਹੀ ਲੱਗਦਾ ਹੈਗਾ ਆ। ਦੁਕਾਨਾਂ ਦੁਕਾਨਾਂ ਤੇ ਚਲੋ ਚੱਲ ਜਾਂਦਾ, ਜਿਨ੍ਹਾਂ ਨੇ ਰੈਂਟ ਤੇ ਦੁਕਾਨਾਂ ਲਈਆਂ ਹੁੰਦੀਆਂ ਹੈਗੀਆਂ ਉਹ ਲਗਵਾਉਂਦੇ ਆ 13 ਰੁਪਏ, 14 ਰੁਪਏ, 15 ਰੁਪਏ। ਕਈ ਕਸਟਮਰ ਕਹਿ ਦਿੰਦੇ ਜੀ ਸਾਡੇ ਤਾਂ ਕੋਈ ਇੰਨੇ ਨੂੰ ਕੰਮ ਕਰਦਾ, ਅਸੀਂ ਵੀ ਕਰਦੇ ਆ ਪਰ ਅਸੀਂ ਕਹੀਦਾ ਹੈਗਾ ਕਿ ਜੇ ਤੁਸੀਂ ਪੈਸੇ ਹੀ ਖਰਚਦੇ ਨਾ ਤਾਂ 2000 ਵੱਧ ਖਰਚ ਲਓ, ਉਹਦਾ ਕੀ ਫਰਕ ਪੈ ਰਿਹਾ। ਅਸੀਂ ਚਾਹੁੰਦੇ ਆ ਕਿ 5-7000 ਰੁਪਏ ਵੱਲੇ ਆਪਣੇ ਘਰ ਦਾ ਜਲੂਸ ਨਾ ਕਢਾਓ। ਅੱਛਾ ਕੰਮ ਵਧੀਆ ਕਰਾਓ, ਕੰਮ ਵਧੀਆ ਕਰਾਓ, ਕੰਮ ਵਧੀਆ ਕਰਾਓ ਹਨਾ। ਇੱਕ ਵਾਰੀ ਘਰ 'ਚ ਬੰਦਾ ਆਵੇ ਪਤਾ ਲੱਗੇ ਵਾਕਈ ਕੁਝ ਹੋਇਆ, ਲੈ ਵੀ ਕੁਝ ਜਿੱਦਾਂ ਕੋਈ ਇਹ ਵਾਟਰਪ੍ਰੂਫ ਆ ਭਾਜੀ, ਕੋਈ ਸਲਾਬਾ ਹੋਵੇ ਕੁਝ ਵੀ ਹੋਵੇ ਕੋਈ ਚੱਕਰ ਨਹੀਂ ਹੈਗਾ। ਕਈਆਂ ਦੇ ਹੁੰਦਾ ਹੈਗਾ ਕਿ ਵਿੱਚੋਂ ਇਹਦੇ ਨਿਕਲਣ ਲੱਗ ਜਾਂਦਾ ਕੁਝ, ਇਦਾਂ ਦਾ ਕੁਝ ਨਹੀਂ ਹੈਗਾ ਜੀ, ਅੱਜ ਵੀ ਸਾਫ ਹੀ ਹੈ। ਤੁਸੀਂ ਤੇ ਮੈਂ ਲੱਗਣਾ ਭਾਜੀ, ਮੈਂ ਇੱਕ ਫੋਟੋ ਦੇਖੀ ਸੀ, ਮੈਂ ਤੁਹਾਨੂੰ ਵੀ ਦਿਖਾਈ ਸੀ ਅੱਜ ਉਹ। ਅੱਛਾ ਜੀ ਕਿ ਬਾਈ ਉਹ ਇੱਥੇ ਫੁੱਲਿਆ ਸੀਗਾ, ਵਾਲਪੇਪਰ ਆਪਣਾ ਨਹੀਂ ਉਹ ਹੈਗਾ ਕਿਸੇ ਦਾ ਲੱਗਿਆ ਹੋਇਆ। ਤੁਸੀਂ ਭਾਜੀ ਸਾਡੀ ਕੋਠੀ ਸਾਰੀ ਲੱਗੀ ਹੈ, ਇਸ ਤੋਂ ਇਲਾਵਾ ਤੁਹਾਨੂੰ ਇੱਕ ਕੋਠੀ ਹੋਰ ਦਿਖਾਵਾਂਗੇ, ਤੁਸੀਂ ਦੇਖ ਲਿਓ। ਜੇ ਤੁਹਾਨੂੰ ਲੱਭ ਗਿਆ ਨੁਕਸ ਤਾਂ ਅਸੀਂ ਇਹਨਾਂ ਦਾ ਫ੍ਰੀ ਕਰਕੇ ਜਾਵਾਂਗੇ, ਪੱਕੀ ਗੱਲ। ਤੁਹਾਨੂੰ ਅਸੀਂ ਇਹਨਾਂ ਨਾਲ ਹੀ ਗੱਲ ਕਰਾ ਦੇਵਾਂਗੇ, ਇਹਨਾਂ ਨੂੰ ਤੁਸੀਂ ਕੁਛ ਕਰ ਸਕਦੇ। ਤੇ ਜੇ ਆਪਾਂ ਗੱਲ ਕਰਦੇ ਮੌਂਟੀ ਦਿਖਾਉਣੀ ਇਹਨਾਂ ਦੀ ਲੱਗੀ ਹੋਈ, ਤੇ ਜਿਵੇਂ ਆਪਾਂ ਹੁਣ ਏਡੀ ਵੱਡੀ ਕੋਠੀ 'ਚ ਆਏ ਹਾਂ ਨਾ ਬਾਈ ਹੁਣਾਂ ਦੀ, ਹਾਂਜੀ, ਤੇ ਐਡੇ ਘਰ ਦੇ ਵਿੱਚ ਜਦੋਂ ਵਾਲਪੇਪਰ ਲਾਉਣੇ ਤਾਂ ਖਰਚਾ ਵੀ ਵਾਹਵਾ ਹੁੰਦਾ ਹੋਊਗਾ। ਖਰਚਾ ਹਾਂਜੀ ਆ ਜਾਂਦਾ ਹੈਗਾ ਆ। ਤੁਸੀਂ ਮੰਨ ਲਓ ਕੋਈ ਮੇਰੇ ਖਿਆਲ ਨਾਲ ਇਹਨਾਂ ਦੀ ਕੋਠੀ ਕੋਈ 70,000 ਰੁਪਏ ਦੇ ਲਾਗੇ ਛਾਗੇ, ਕੋਈ ਇੰਨਾ ਕੁ ਮੈਨੂੰ ਯਾਦ ਨਹੀਂ ਪੂਰਾ, ਇੰਨਾ ਕੀ ਸ਼ਾਇਦ ਲੱਗਾ ਸੀਗਾ ਬਾਕੀ ਵਧੀਆ ਰੰਗ ਜਿੰਨੇ ਚ ਹੁੰਦਾ ਉਨੇ ਦੇ ਵਿੱਚ ਕੋਠੀ, ਉਨੇ ਚ ਕੋਠੀ ਮੈਨੂੰ ਲੱਗਦਾ ਉਹ ਤੋਂ ਘੱਟ ਦੀ ਹੋ ਜਾਂਦੀ ਹੋ ਸ਼ਾਇਦ। ਦੇਖੋ ਜੀ ਰੰਗ ਵਾਲੇ ਘਰੋਂ ਬਾਹਰ ਜਾਂਦੇ ਆ ਤਾਂ ਹਫਤੇ ਬਾਅਦ ਰੰਗ ਡਿੱਗ ਜਾਂਦਾ ਹੈਗਾ ਆ, ਤਾਂ ਅਸੀਂ 3 ਸਾਲਾਂ ਬਾਅਦ ਆਏ ਆ ਤਾਂ ਸਾਡੇ ਪੇਪਰ ਅੱਜ ਵੀ ਉਦਾਂ ਦੇ ਉਦਾਂ ਹੀ ਆ। ਹਾਂਜੀ ਇਹ ਬੰਦੇ ਗਾਰੰਟੀ ਚੱਕਦੇ ਆ ਪੂਰੀ ਹੈ। ਲੋਕੀ ਆਉਂਦੇ ਆ ਬਾਹਰੋਂ ਕੈਨੇਡਾ ਕਨੂਡਾ ਤੋਂ ਆਉਂਦੇ ਕੋਠੀਆਂ ਇੱਥੇ, ਲਾਸਟ ਮੋਸਟ ਲੋਕੀ ਬਹੁਤ ਬਾਹਰ ਗਏ ਹੋਏ ਆ, ਜਿੰਦੇ ਲੱਗੇ ਹੋਏ ਆ, ਅਸੀਂ ਉਹਨਾਂ ਦੀਆਂ ਕੋਠੀਆਂ ਤਿਆਰ ਕੀਤੀਆਂ ਹੋਈਆਂ ਆ, ਆ ਗਏ ਉਹ ਪਿੰਡਾਂ 'ਚ ਹੀ ਰਹਿੰਦੇ ਆਪਣੀਆਂ ਕੋਠੀਆਂ ਦੇ ਵਿੱਚ। ਇਹ ਤਾਂ ਬਸ ਬਾਹਰੋਂ ਹੀ ਸਾਨੂੰ ਫੋਨ ਕਰਦੇ ਆ ਕਿ ਕੋਠੀ ਤਿਆਰ ਕਰ ਦਿਓ, ਪੇਮੈਂਟ ਤੁਹਾਨੂੰ ਅਸੀਂ ਪਾ ਦੇਣੀ ਆ, ਅਸੀਂ ਇੰਨੇ ਕੁ ਦਿਨਾਂ ਲਈ ਆਉਣਾ, ਸਾਡੇ ਕੋਲ ਕੰਮ ਕਰਾਉਣ ਦਾ ਟਾਈਮ ਨਹੀਂ ਤਾਂ ਸਾਡੇ ਆਉਂਦੇ ਨੂੰ ਰੈਡੀ ਰੱਖਿਓ। ਅੱਛਾ ਅਸੀਂ ਅਗਲੇ ਨੂੰ ਕਰਕੇ ਦੇਈਦੀ ਹੈਗੀ ਆ, ਪੈਸੇ ਉਹ ਬਾਹਰੋਂ ਪਾਉਂਦੇ ਆ, ਡਿਜ਼ਾਈਨ ਵੀ ਸਿਲੈਕਟ ਕਰ ਦਿੰਦੇ ਹੈਗੇ ਆ, ਸਾਡੇ ਕੋਲ ਆਉਣ ਦੀ ਲੋੜ ਨਹੀਂ ਪੈਂਦੀ ਉਹਨਾਂ ਨੂੰ, ਤੇ ਜਾਨੀ ਕਿ ਫੋਨ ਤੇ ਗੱਲ ਹੋ ਜਾਂਦੀ ਹੈ ਕਿ ਜੋ ਅਸੀਂ ਕਹਿਤਾ ਉਹ ਹੀ ਹੋਊਗਾ, ਇਦਾਂ ਨਹੀਂ ਹੈਗਾ ਕਿ ਦਿਖਾਇਆ ਕੁਛ ਹੋਰ ਤੇ ਲਾਵਾਂਗੇ ਕੁਛ ਹੋਰ, ਇਦਾਂ ਦਾ ਕੁਛ ਨਹੀਂ ਹੋਊਗਾ। ਹਾਂਜੀ ਇੱਕ ਮੈਂਬਰ ਕੰਮ ਹੋਊਗਾ, ਪਿੱਛੇ ਇੱਕ ਲੱਗਿਆ ਹੋਇਆ ਵਾਲਪੇਪਰ ਹਨਾ, ਇਹ ਵਾਹ ਵਾਹ ਵੱਡਾ ਲੱਗਿਆ ਭਾਜੀ। ਹਾਂਜੀ ਹਾਈਲਾਈਟ ਆ ਮੇਰੇ ਖਿਆਲ ਨਾਲ, ਕੰਧ ਹੋਊਗੀ ਕੋਈ 16 ਜਾਂ 18 ਫੁੱਟ ਦੇ ਲੱਗ ਸਕਦੀ ਹੋਊਗੀ। ਤੇ ਸਿੰਗਲ ਵਾਲਪੇਪਰ ਲੱਗਿਆ ਕਿ ਕਿਤੇ ਵਿੱਚ ਜੋੜ ਹੈਗਾ? ਨਹੀਂ ਸਿੰਗਲ ਆ, ਕੋਈ ਵੀ ਇਹਦੇ ਵਿੱਚ ਜੋੜ ਨਹੀਂ ਹੋਊਗਾ, ਫਲੈਕਸ ਵਾਲਪੇਪਰ ਆ, ਵਾਟਰਪ੍ਰੂਫ ਵਾਲਪੇਪਰ ਆ ਇਹ। ਅੱਛਾ ਵਾਟਰਪ੍ਰੂਫ ਦਾ ਮਤਲਬ ਇਹ ਨਹੀਂ ਹੈਗਾ ਕਿ ਹੁਣ ਤੁਸੀਂ ਇਹਨੂੰ ਪਾਣੀ ਮਾਰ ਮਾਰ ਧੋਈ ਜਾਵੋ, ਵਾਟਰਪ੍ਰੂਫ ਦਾ ਮਤਲਬ ਇਹ ਹੈ ਕਿ ਇੱਥੇ ਕੋਈ ਪਾਣੀ ਡਿੱਗਦਾ, ਕੁਛ ਵੀ ਡਿੱਗਦਾ, ਇਹ ਮਿਟਦਾ ਨਹੀਂ ਹੈਗਾ, ਖਰਾਬ ਨਹੀਂ ਹੋਊਗਾ, ਇਦਾਂ ਦਾ ਕੁਛ ਨਹੀਂ ਹੈਗਾ। ਜੇ ਤੁਹਾਨੂੰ ਕਿਤੋਂ ਗੰਦਾ ਲੱਗਦਾ ਹੈਗਾ ਤੁਸੀਂ ਇਹਨੂੰ ਸਾਫ਼ ਕਰ ਸਕਦੇ ਆ, ਠੀਕ ਹੈ, ਕੱਪੜੇ ਨਾਲ ਸਾਫ਼ ਕਰ ਸਕਦੇ ਹੈਗੇ ਆ, ਉੱਦਾਂ ਮਾਰ ਕੇ ਸਾਫ਼ ਕਰ ਸਕਦੇ ਹੈਗੇ ਆ। ਅੱਛਾ ਵੈਸੇ ਇਹਨੂੰ ਸਾਫ਼ ਕਰਨ ਦਾ ਪ੍ਰੋਸੀਜਰ ਕੀ ਹੁੰਦਾ ਜੀ? ਬਾਈ ਚਾਂਸ ਇੱਥੇ ਕੋਈ ਰੰਗ ਡੁੱਲ ਜੇ ਕਿਸੇ ਕੋਲੋਂ, ਕੋਈ ਹੋਰ ਚੀਜ਼ ਹੋ ਜਾਵੇ, ਇਹਦੀ ਵੇਅਰ ਐਂਡ ਟੇਅਰ ਕਰਨੀ ਹੈ ਵੀ ਲੋਕਾਂ ਨੂੰ, ਕਈਆਂ ਨੂੰ ਪਤਾ ਨਹੀਂ ਹੁੰਦਾ। ਹਾਂਜੀ ਹਾਂਜੀ ਦੇਖੋ ਭਾਜੀ, ਜੇ ਰੰਗ ਡੁੱਲ ਗਿਆ ਰੰਗ ਤਾਂ ਨਹੀਂ ਲਿਥੂਗਾ, ਨਹੀਂ ਲਿਥੂਗਾ ਰੰਗ ਤਾਂ ਨਹੀਂ ਲਿਥੂਗਾ, ਕਿਉਂਕਿ ਪੇਪਰ ਹੀ ਆ। ਤੁਸੀਂ ਮੰਨ ਲਓ ਕਿ ਕੱਪੜੇ ਤੇ ਰੰਗ ਡੁੱਲ ਜਾਂਦਾ ਹੈਗਾ ਤਾਂ ਕੱਪੜੇ 'ਚੋਂ ਰੰਗ ਤਾਂ ਨਹੀਂ, ਜੇ ਮੰਨ ਲਓ ਚਾਹ ਕਾਫੀ ਅਸੀਂ ਕਹੀਏ ਰੰਗ ਲਿਥ ਜੂਗੇ ਤਾਂ ਇਹਦਾ ਵੀ ਰੰਗ ਲਿਥ ਜੂਗਾ। ਅੱਛਾ ਚਾਹ ਕਾਫੀ ਦਾ ਕੋਈ ਚੱਕਰ ਨਹੀਂ, ਡੁੱਲ ਜਿਵੇਂ ਗਿੱਲਾ ਕੱਪੜਾ ਮਾਰੋ ਤੁਸੀਂ ਸਾਫ਼ ਕਰ ਸਕਦੇ, ਉਹ ਸਾਫ਼ ਕਰ ਦੂਗਾ ਨਾ ਉਹਦਾ ਕੋਈ। ਜਿਵੇਂ ਹੁਣ ਕਈ ਕਮਰਿਆਂ ਦੇ ਵਿੱਚ ਜਿਵੇਂ ਆ ਇੱਥੇ ਤਾਕੀ ਲੱਗੀ ਹੋ ਨਾ, ਹਾਂਜੀ ਤੇ ਧੁੱਪ ਪੈਂਦੀ ਆ ਸਿੱਧੀ, ਹਾਂਜੀ ਤੇ ਧੁੱਪ ਦਾ ਕੋਈ ਬੈਡ ਅਸਰ ਤਾਂ ਨਹੀਂ, ਕੋਈ ਇਦਾਂ ਕੋਈ ਫਰਕ ਨਹੀਂ ਹੈਗਾ? ਜਦ ਇਹ ਕੰਟੀਨਿਊਸ ਪਊਗੀ ਤਾਂ ਫੇਰ ਤਾਂ ਭਾਜੀ ਫਰਕ ਪਊਗਾ ਹੀ। ਕਮਰਿਆਂ ਦੇ ਵਿੱਚ ਤੁਸੀਂ ਲਾ ਲਓ, ਲੋਬੀ ਦੇ ਵਿੱਚ ਕਿਤੇ ਨਹੀਂ ਪੈਂਦਾ ਹੈਗਾ ਆ, ਤੁਸੀਂ ਬਾਹਰ ਆਊਟ ਏਰੀਆ ਲਗਾਉਂਦੇ ਹੈਗੇ ਜਿਹਦਾ ਤੁਹਾਡੇ ਉਹਦੇ ਤੇ ਵਾਧਰਾ ਹੈਗਾ ਆ ਪਰਛੱਤੀ ਹੈਗੀ, ਫਿਰ ਵੀ ਉਹਦੀ ਲਾਈਫ ਜਾਣੀ ਕਿ 3-4 ਸਾਲ ਦਾ ਉਹਦੀ ਹੈਗੀ ਹੋਈ ਆ। ਠੀਕ ਆ, ਇਹ ਤਾਂ ਨਹੀਂ ਕਿ ਪ੍ਰੋਪਰ ਮਿਟ ਜਾਊਗਾ, ਹਾਂਜੀ ਥੋੜਾ ਲਾਈਟ ਨਹੀਂ ਨਹੀਂ ਰਹੂਗੀ, ਉਹ ਹਮੇਸ਼ਾ ਲਈ ਹੋਈ ਕਲਰ ਉਹਦਾ ਚੇਂਜ ਹੋਊਗਾ ਹੀ ਹੋਊਗਾ, ਉਦੋਂ ਹੋਊਗਾ ਜੇ ਬਾਹਰ ਆ ਤਾਂ ਫੇਰ ਹੋਊਗਾ ਹੀ। ਹਾਂਜੀ ਭਾਜੀ ਅੰਦਰ ਲਈ ਆ, ਇਹ ਅੰਦਰ ਲਈ ਆ ਹਨਾ, ਅੰਦਰ ਲਈ ਆ, ਬਾਹਰ ਲਈ ਨਹੀਂ ਹੈਗਾ। ਅੱਛਾ ਇਹ ਸਰ ਲਵਾਓ, ਇਹਨੂੰ ਬਾਹਰ ਨਾ ਲਾਓ, ਇਹ ਜੇ ਲਵਾਉਣਾ ਤਾਂ ਇੰਡੋ
ਭਾਜੀ ਮੇਰਾ ਨਾਮ ਅਵਤਾਰ ਸਿੰਘ ਹੈਗਾ ਠੀਕ ਹੈ ਜੀ ਸਾਡਾ ਜਿਹੜਾ ਪਿੰਡ ਹੈਗਾ ਭਾਜੀ ਇਹ ਜ਼ਿਲ੍ਹਾ ਜਲੰਧਰ ਹੈਗਾ ਜ਼ਿਲ੍ਹਾ ਜਲੰਧਰ ਠੀਕ ਹੈ ਜੀ ਤਾਂ ਨੰਗਲ ਖੁਰਦ ਪਿੰਡ ਦਾ ਨਾਮ ਤੇ ਭੋਗਪੁਰ ਤੋਂ ਬੁੱਲੋਵਾਲ ਜਦੋਂ ਜਾਂਦੇ ਅਸੀਂ ਤੇ ਸ਼ੂਗਰ ਮਿਲ ਆਉਂਦੀ ਬਿਲਕੁਲ ਸ਼ੂਗਰ ਮਿਲ ਦੇ ਨਜ਼ਦੀਕ ਹੀ ਹੈ ਸਾਡਾ ਪਿੰਡ ਨੰਗਲ ਖੁਰਦ ਤੇ ਤੁਹਾਡੇ ਨਜ਼ਦੀਕ ਜਿੱਦਾਂ ਸਾਡੇ ਬੰਦੇ ਖੜੇ ਆ ਜੀ ਇਹ ਇਹਨਾਂ ਨੇ ਤੁਹਾਡਾ ਕੰਮ ਕੀਤਾ ਸੀ ਹੁਣ 3 ਸਾਲ ਸੱਚੀ 3 ਸਾਲ ਹੋ ਗਏ ਮੈਨੂੰ ਐ ਲੱਗਦਾ ਬਈ ਮਹੀਨਾ ਕੁ ਪੁਰਾਣਾ ਹੀ ਹੈ ਇਹ 3 ਜਾਂ 3 ਤੋਂ ਵੱਧ ਵੀ ਹੋ ਸਕਦਾ ਮੈਨੂੰ ਪੂਰਾ ਯਾਦ ਤਾਂ ਨਹੀਂ ਹੈ ਅੱਛਾ ਅੱਛਾ ਹਾਂਜੀ ਤਾਂ ਕਾਫੀ ਟਾਈਮ ਹੋ ਗਿਆ ਤੇ ਜਿੱਦਾਂ ਦਾ ਉਦੋਂ ਲੱਗਾ ਸੀ ਹਾਂਜੀ ਤਾਂ ਉਦਾਂ ਦਾ ਉਦਾਂ ਹੀ ਹੈ ਇਹਦੀ ਸ਼ਾਈਨਿੰਗ ਹੁਣ ਵੀ ਉਵੇਂ ਹੀ ਆ ਹਾਂਜੀ ਤਾਂ ਪਿੰਡ ਦੇ ਆਂਢ ਗੁਆਂਢ ਵਾਲੇ ਰਿਸ਼ਤੇਦਾਰ ਵੀ ਜਿਹੜੇ ਵੀ ਇੱਥੇ ਆਉਂਦੇ ਹੈਗੇ ਆ ਤਾਂ ਇੰਨੇ ਖੁਸ਼ੀ ਨਾਲ ਚਾਹ ਨਾਲ ਪਿਕਚਰ ਕਰਾਉਂਦੇ ਹੈਗੇ ਆ ਫੋਟੋ ਖਿਚਾਉਂਦੇ ਹੈਗੇ ਤੇ ਬੜੇ ਖੁਸ਼ ਹੁੰਦੇ ਆ ਬੱਚੇ ਬਹੁਤ ਖੁਸ਼ ਹੁੰਦੇ ਤੇ ਪੈਸੇ ਕਿੰਨੇ ਕੁ ਲੱਗ ਗਏ ਇੱਥੇ ਹੁਣ ਤੱਕ ਤੁਹਾਡੇ ਪੈਸੇ ਉਦੋਂ ਭਾਜੀ ਮੈਨੂੰ ਯਾਦ ਨਹੀਂ ਹੈ ਸ਼ਾਇਦ 70-80 ਦੇ ਵਿੱਚ ਸੀਗਾ ਇੰਨਾ ਕੁ ਸੀ ਸਰ ਖਰਚਾ ਉਦੋਂ ਅੱਛਾ ਤਾਂ ਦੋ ਬੰਦੇ ਸੀ ਇਹਨਾਂ ਦੇ ਤਾਂ ਬੰਦੇ ਵੀ ਬਹੁਤ ਵਧੀਆ ਕੰਮ ਕਰਕੇ ਗਏ ਆ ਕੰਮ ਕਰਨ ਤੋਂ ਬਾਅਦ ਸਾਰੀ ਸਫਾਈ ਕਰਕੇ ਗਏ ਕੋਈ ਇੱਕ ਵੀ ਦਾਗ ਨਹੀਂ ਰਹਿਣ ਦਿੱਤਾ ਮਤਲਬ ਕਿ ਕਿਸੇ ਵੀ ਚੀਜ਼ ਦਾ ਅੱਛਾ ਤਾਂ ਇੰਨੀ ਮਿਹਨਤ ਨਾਲ ਇੰਨਾ ਵਧੀਆ ਤਰੀਕੇ ਨਾਲ ਉਹਨੇ ਲਾਇਆ ਹੈ ਤੇ ਮੈਨੂੰ ਤਾਂ ਮਤਲਬ ਮੈਂ ਕਹਿੰਦਾ ਸੀ ਕਿ ਜੇ ਕੋਈ ਮੈਨੂੰ ਕਵੇ ਨਾ ਵੀ ਤੁਸੀਂ ਕਿੱਥੋਂ ਲਗਾਇਆ ਤੇ ਮੈਂ ਇਹਨਾਂ ਦਾ ਦੱਸੂਗਾ ਭਾਜੀ ਹੁਣਾਂ ਤੋਂ ਕਿਸੇ ਨੇ ਲਗਾਉਣਾ ਆ ਮੇਰੇ ਹੋਰ ਵੀ ਫਰੈਂਡ ਹੈਗੇ ਆ ਉਹ ਮੈਨੂੰ ਪੁੱਛ ਰਹੇ ਤੇ ਮੈਂ ਭਾਜੀ ਹੁਣਾਂ ਦਾ ਨਾਂ ਲਿਆ ਸੀਗਾ ਇਹਨਾਂ ਨੇ ਸਾਨੂੰ ਦਵਾਈ ਵੀ ਕੰਮ 3-4 ਇਹਨਾਂ ਨੇ ਕੰਮ ਸਾਨੂੰ ਇੱਥੋਂ ਪਿੰਡ 'ਚ ਹੀ ਦਵਾਈ ਆਪਣੇ ਕੰਮ ਦੇਖ ਕੇ ਉਹ ਜਿਹੜਾ ਵੀ ਪੁੱਛਦਾ ਹੈਗਾ ਵੀ ਕਿੱਥੋਂ ਕਰਾਇਆ ਕੰਮ ਇੰਨਾ ਸਫਾਈ ਨਾਲ ਕੰਮ ਕਰਕੇ ਗਏ ਬੰਦੇ ਤੇ ਪੇਪਰ ਵੀ ਮਤਲਬ ਜੋ ਭਾਜੀ ਹੁਣ ਕਹਿੰਦੇ ਵਾਕਈ ਇੰਨਾ ਹਲੇ ਤੱਕ ਵੀ ਮਤਲਬ ਕਿ ਉਦਾਂ ਦਾ ਉਦੇ ਲੱਗ ਰਿਹਾ ਹੈਗਾ ਅੱਛਾ ਤੇ ਜਦੋਂ ਕਹਿੰਦੇ ਕਿ ਯਾਰ ਚੀਜ਼ ਵਧੀਆ ਆਈ ਹੋਵੇ ਨਾ ਕਰੇ ਸੰਦ ਵਧੀਆ ਬਣਿਆ ਹੋਵੇ ਤਾਂ ਬੰਦਾ ਕਹਿੰਦਾ ਪੈਸੇ ਲਾਈ ਭੁੱਲ ਗਏ ਬਿਲਕੁਲ ਭਾਜੀ ਮੈਨੂੰ ਭੁੱਲ ਗਿਆ ਹੋਇਆ ਭਰਾ ਅਗਰ ਮੈਂ ਰੰਗ ਕਰਾਇਆ ਹੁੰਦਾ ਸ਼ਾਇਦ ਮੈਂ ਹੁਣ ਫੇਰ ਸੋਚਦਾ ਹੁੰਦਾ ਵੀ ਮੈਂ ਦੁਬਾਰਾ ਫੇਰ ਕਰਾ ਲਵਾਂ ਇੱਕ ਵਾਰੀ ਅੱਛਾ ਤਾਂ ਹੁਣ ਮੈਨੂੰ ਪੈਸੇ ਲੱਗੇ ਭੁੱਲੇ ਹੋਏ ਤੇ ਮੈਂ ਖੁਸ਼ ਹਾਂ ਮਤਲਬ ਕਿ ਜਿਹੜਾ ਵੀ ਮੈਂ ਕੰਮ ਕਰਵਾਇਆ ਠੀਕ ਹੈ ਜੀ ਜੀ ਤੇ ਹਾਂਜੀ ਬਾਬੇ ਹੁਣ ਆਪਾਂ ਆ ਗਏ ਹਾਂ ਉੱਥੇ ਪਹਿਲਾਂ ਤਾਂ ਮੋਹਰੇ ਲਿਖਿਆ ਅਮਰ ਟ੍ਰੇਡਿੰਗ ਕੰਪਨੀ ਹੈ ਨਾ ਇਹ ਬਾਈ ਉਹਨਾਂ ਦੀ ਵੀਡੀਓ ਆਪਾਂ ਪਹਿਲਾਂ ਵੀ ਕੀਤੀ ਸੀਗੀ ਅਮਰ ਟ੍ਰੇਡਿੰਗ ਕੰਪਨੀ ਦੀ ਜੇ ਕਿਸੇ ਨੇ ਚਗਾਠਾਂ ਬਣਾਉਣੀਆਂ ਨੇ ਸਟੀਲ ਦੀਆਂ ਜਾਂ ਜਪਾਨੀ ਚਾਦਰ ਦੀਆਂ ਹੈ ਨਾ ਕਿਸੇ ਨੇ ਸੀਐਨਸੀ ਮਸ਼ੀਨਾਂ ਲੱਗੀਆਂ ਭਾਈ ਸਾਡੇ ਕੋਲ ਹਾਂ ਤੇ ਉਹ ਬਾਈ ਆਪਣੇ ਨਾਲ ਕੰਟੈਕਟ ਕਰ ਸਕਦੇ ਆ ਤੇ ਨਾਲ ਜੇ ਤੁਹਾਡੀ ਵੀਡੀਓ ਇੱਕ ਹੈਗੀ ਇਸੇ ਚੈਨਲ ਤੇ ਹਾਂ ਤੇ ਉਹ ਦੇਖ ਸਕਦੇ ਆ ਉਹ ਤੁਸੀਂ ਦੇਖ ਸਕਦੇ ਆ ਕਿ ਲਿੰਕ ਉੱਪਰ ਦਿੱਤਾ ਹੋਇਆ ਤੇ ਉਦੋਂ ਬਾਅਦ ਬਾਈ ਜੀ ਜਿਹੜਾ ਤੁਸੀਂ ਗੱਲ ਕਰਦੇ ਸੀਗੇ ਪ੍ਰਿੰਟਰ ਜਿਹੜਾ ਸਾਡੇ ਕੋਲ ਲੱਗਿਆ ਕਹਿੰਦੇ ਕਿਸੇ ਕੋਲ ਵੀ ਹੈ ਨਹੀਂ ਸੱਚੀ ਗੱਲ ਇਦਾਂ ਹੀ ਆ ਬਿਲਕੁਲ ਬਾਈ ਤੁਸੀਂ ਆਪ ਦੇਖ ਸਕਦੇ ਆ ਅੱਛਾ ਆ ਜਾਓ ਨੋਟ ਛਾਪਣ ਵਾਲੀ ਮਸ਼ੀਨ ਆ ਨਾ ਬਾਈ ਜੀ ਕੰਮ ਕਰਨ ਵਾਲੀ ਮਸ਼ੀਨ ਆ ਤੇ ਕੰਮ ਕਰੂੰਗੇ ਤਾਂ ਨੋਟ ਛਪੂਗੇ ਹਨਾ ਤੇ ਐਵੇਂ ਤੇ ਇਹ ਕਿੰਨੇ ਕੁ ਟਾਈਮ ਦੇ ਵਿੱਚ ਵਾਲਪੇਪਰ ਪ੍ਰਿੰਟ ਕਰ ਦਿੰਦੇ ਆਪਣੇ ਗੱਲਾਂ ਕਰਦੇ ਕਰਦੇ ਕੰਧ ਕਰ ਦਿੰਦੇ ਅੱਛਾ ਆਪਣੇ ਗੱਲਾਂ ਕਰਦੇ ਕਰਦੇ ਹੋ ਜੂਗੀ ਹਨਾ ਠੀਕ ਆ ਜੀ ਇਹਦੇ ਨਾਲ ਆਪਾਂ ਕੰਮ ਦੀ ਗੱਲ ਕਰ ਲੈਂਦੇ ਜੇ ਕਿਸੇ ਬਾਈ ਨੇ ਹੁਣ ਆਪਣੇ ਕੋਲੋਂ ਕੰਮ ਕਰਾਉਣਾ ਆ ਸਾਰੇ ਪੰਜਾਬ 'ਚ ਪੰਜਾਬੋਂ ਬਾਹਰ ਤੇ ਆਪਾਂ ਉਹਨੂੰ ਡੇਟ ਟਾਈਮ ਆਪਾਂ ਕਿਸ ਹਿਸਾਬ ਨਾਲ ਦਿੰਦੇ ਹਾਂ ਜੇਕਰ ਕਿਸੇ ਨੇ ਆਪਣੇ ਕੋਲ ਆਰਡਰ ਦੇਣਾ ਹੋਵੇ ਇਹ ਆਰਡਰ ਤੇ ਭਾਜੀ ਡਿਪੈਂਡ ਕਰਦਾ ਹੈਗਾ ਆ ਅੱਛਾ ਤੁਸੀਂ ਆਰਡਰ ਕਦੋਂ ਦੇ ਰਹੇ ਹੈਗੇ ਆ ਤੁਹਾਡੀਆਂ ਕੰਧਾਂ ਰੈਡੀ ਆ ਤੇ ਉਸ ਤੋਂ ਬਾਅਦ ਹੀ ਪਤਾ ਲੱਗਦਾ ਹੈਗਾ ਆ ਜੇ ਕਸਟਮਰ ਦੀ ਕੰਧ ਰੈਡੀ ਆ ਡਿਜ਼ਾਈਨ ਉਸੇ ਟਾਈਮ ਸਿਲੈਕਟ ਕਰ ਦਿੰਦਾ ਹੈਗਾ ਆ ਅੱਛਾ ਤੁਸੀਂ ਇੱਕ ਦਿਨ ਛੱਡ ਕੇ ਅਗਲੇ ਦਿਨ ਬੰਦੇ ਭੇਜ ਕੇ ਕੰਮ ਸ਼ੁਰੂ ਕਰ ਦਈਦਾ ਹੈ ਅਗਲੇ ਦਿਨ ਸ਼ੁਰੂ ਹੋ ਜਾਂਦਾ ਹਨਾ ਜਿੱਦਾਂ ਫਿਰ ਅਗਲੇ ਨੂੰ ਅਸੀਂ ਕਹਿੰਦੇ ਭਾਈ ਸਾਈਜ਼ ਲੈਣ ਲਈ ਟਾਈਮ ਦੇ ਸਕਦੇ ਆ ਅਸੀਂ ਕਿਸ ਦਿਨ ਆਣਾ ਜਿੱਦਾਂ ਅਸੀਂ ਸਾਈਜ਼ ਲੈ ਲੈ ਉਸ ਤੋਂ ਬਾਅਦ ਟਾਈਮ ਨਹੀਂ ਲਈਦਾ ਤੇ ਜਿੱਦਾਂ ਮੰਨ ਲਓ ਕੋਈ ਬੰਦਾ ਬਠਿੰਡੇ ਬੈਠਾ ਬਰਨਾਲੇ ਬੈਠਾ ਭਾਈ ਆਪਣੇ ਤੋਂ 200 ਕਿਲੋਮੀਟਰ ਦੂਰ ਬਾਟ ਆ ਭਾਜੀ ਪੂਰੀ ਕੋਠੀ ਲਵਾਣੀ ਹੋਵੇ ਤਾਂ ਆਪਾਂ ਜਾਵਾਂਗੇ ਜਾਵਾਂਗੇ ਹਾਂਜੀ ਇੱਕ ਕਮਰੇ ਲਈ ਨਹੀਂ ਜਾ ਸਕਦੇ ਇੱਕ ਕਮਰੇ ਲਈ ਇੱਕ ਕੰਧ ਲਈ ਨਹੀਂ ਅਸੀਂ ਜਾ ਸਕਦੇ ਤੁਸੀਂ ਵੀ ਸਮਝਦਾਰ ਆ ਐਡੀ ਦੂਰ ਜਾਣ ਕੇ ਸਾਡਾ ਖਰਚਾ ਹੀ ਨਹੀਂ ਪੂਰਾ ਹੋਣਾ ਭਾਜੀ ਠੀਕ ਆ ਤੇ ਉਹ ਫਿਰ ਤੁਸੀਂ ਆਪ ਸਾਈਜ਼ ਲੈ ਕੇ ਭੇਜ ਸਕਦੇ ਹੋ ਪੂਰੀ ਕੋਠੀ ਲਵਾ ਜਿੱਥੇ ਮਰਜ਼ੀ ਹੋਵੇ ਪੰਜਾਬ 'ਚ ਜਿਹੜੇ ਮਰਜ਼ੀ ਕੋਨੇ 'ਚ ਹੋਵੇ ਠੀਕ ਆ ਜੀ ਅਸੀਂ ਜਾਵਾਂਗੇ ਤੇ ਜੇਕਰ ਕਿਸੇ ਨੂੰ ਵੈਸੇ ਵਾਲਪੇਪਰ ਚਾਹੀਦੇ ਆ ਭੇਜ ਸਕਦੇ ਹਾਂ ਕੋਈ ਚੱਕਰ ਨਹੀਂ ਉਹ ਕੋਰੀਅਰ ਕਰ ਦੇਵਾਂਗੇ ਤੁਸੀਂ ਉਹ ਕੋਰੀਅਰ ਕਰ ਸਕਦੇ ਹੋ ਹਨਾ ਤੇ ਆਪਣੇ ਗੱਲਾਂ ਕਰਦੇ ਕਰਦੇ ਅੱਧਾ ਤਾਂ ਇਹ ਹੋ ਗਿਆ ਪ੍ਰਿੰਟ ਹਨਾ ਭਾਈ ਅੱਧਾ ਪ੍ਰਿੰਟ ਹੋ ਗਿਆ ਠੀਕ ਆ ਜੀ ਤੇ ਬਾਕੀ ਰਹਿੰਦੀ ਗੱਲਬਾਤ ਜਿਹੜੀ ਆ ਕਿ ਭਾਈ ਨੰਬਰ ਜੇ ਕਿਸੇ ਨੇ ਸਾਨੂੰ ਕੰਟੈਕਟ ਕਰਨਾ ਹੈ ਤਾਂ ਆਪਣੇ ਨੰਬਰ ਜ਼ਰੂਰ ਦੱਸ ਦਿਓ ਬਿਲਕੁਲ ਭਾਈ ਤੁਸੀਂ 6268-70-88 ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਠੀਕ ਆ ਜੀ ਇੱਕੋ ਨੰਬਰ ਹੈ ਜੀ ਇੱਕ ਨੰਬਰ ਤੇ ਕੰਟੈਕਟ ਕਰਨਾ ਸਾਰਿਆਂ ਨੂੰ ਠੀਕ ਹੈ ਜੀ ਹਾਂਜੀ ਭਾਈ ਭਾਈ ਸਾਰੇ ਨੰਬਰ ਬਿਜ਼ੀ ਹੋ ਜਾਂਦੇ ਆ ਤੁਹਾਡੀ ਵੀਡੀਓ ਤੋਂ ਬਾਅਦ ਨੰਬਰ ਇਹ ਵੀ ਬਿਜ਼ੀ ਚੱਲਣਾ ਇਹ ਨੂੰ ਬਿਜ਼ੀ ਜੇ ਸਾਰੇ ਨੰਬਰ ਦੇ ਦਿੱਤੇ ਤਾਂ ਸਾਰੇ ਬਿਜ਼ੀ ਹੋ ਜਾਂਦੇ ਠੀਕ ਹੈ ਜੀ ਇਸੇ ਕਰਕੇ ਅਸੀਂ ਇੱਕੇ ਨੰਬਰ ਰੱਖਿਆ ਇਸੇ ਕੰਮ ਲਈ ਠੀਕ ਹੈ ਜੀ ਤੇ ਬਾਕੀ ਚਲੋ ਆਸ ਕਰਦੇ ਹਾਂ ਕਿ ਵੀਡੀਓ ਤੁਹਾਡੇ ਵੀ ਕੰਮ ਆਊਗੀ ਜਿਹੜੇ ਸਾਡੇ ਵੀਰ ਨੇ ਦਫ਼ਤਰ ਬਣਾਉਣਾ ਆ ਰੈਸਟੋਰੈਂਟ ਬਣਾਉਣਾ ਆ ਘਰ ਬਣਾਉਣਾ ਆ ਭਾਵੇਂ ਉੱਥੇ ਵਾਲਪੇਪਰ ਲਵਾਉਣੇ ਆ ਤਾਂ ਭਾਵੇਂ ਲਗਾਉਣੀਆਂ ਚਗਾਠਾਂ ਤੁਸੀਂ ਬਾਈ ਹੁਣਾਂ ਨੂੰ ਕੰਟੈਕਟ ਕਰ ਸਕਦੇ ਆ ਹਾਂਜੀ ਹਾਂਜੀ ਤੇ ਤੁਹਾਡਾ ਤੇ ਜਿਹੜੇ ਸਾਡੇ ਵੀਰ ਵੀਡੀਓ ਦੇਖ ਰਹੇ ਸਾਰਿਆਂ ਦਾ ਸਮਾਂ ਦੇਣ ਲਈ ਧੰਨਵਾਦ ਜੀ ਥੈਂਕ ਯੂ ਭਾਈ ਤੁਹਾਡਾ ਆਉਣ ਲਈ ਵੀ ਬਹੁਤ ਬਹੁਤ ਸ਼ੁਕਰੀਆ ਸ਼ੁਕਰੀਆ ਜੀ ਲਓ ਜੀ